भाई कहते पे ना बच्चे चाहिए सबर करो आंडे जिथे पे छड़ना नहीं ना कुछ क्या यार ना शतूर आ देखो मान रहीम अस्सलाम वालेकुम हाजरीन और नाजरीन दोस्त भाई बहने भाई समान इन्होंने बकरे ईद उल अज़हा ते कुर्बान करने दुनिया की नजाब ब्रीड भैन केड़े इलाके की ब्रीड है ये राजनपुर भैन एड्डी महंगी ब्रीड अल्लाह की राह ते कुर्बान अल्लाह पाक बरकत दे हुण तुसी इहदे मुतलक अपनी पूरी हिस्ट्री दसो तुसी कित्थों शुरू होए हो ते काम किदां कीता भैन ने ये देखो जी कारोबार तो नहीं हैगा लेकिन यह है कि कोई मसला भी नहीं कारोबार करन दे विच इहदे च यह मैं एक बकरे तो शुरू होया वा माशाला माशाला अल्लाह ताला ने इस स्टेज पर पहुँचा दिता है ये साढ़े अपने घर दे ही है जी माशाला सारे दे सारे अल्लाह के फजल दे नाल हाँ अगर कोई दोस्त भरा कोई इन्हों को पलवाना चाहे तो पाल देंगे असं इंशाला इंशाला जिहड़ी ब्रीड कहेगा वो पाल देंगे इंशाला कोई मसला ही नहीं है अल्लाह खैर करिए अबे क्या सोच रहा है कैसी तबीयत है तेरी माशाला जी माशाल्लाह एड्डी कीमती ब्रीड बकरे अल्लाह पाक दी राह ते कुर्बान करने हैं ऐस भाई ने अल्लाह पाक मजीद बरकत शोहरत तरक्की ता फरमाए ऐ भाई ना ओ भाई जीम ते आ कंगा वा भाई समान माशाल्लाह दुनिया दी नजाब ब्रीड अल्लाह पाक दी राह ते कुर्बान होनी आ अबे अबे मेरे अल तवज्जो करो क्या है भूख लगी है मैं खलाता हूं भाई समान से बात कर लूं भाई समान मैनू दुनिया ने दसिया वा ਤੁਹਾਡੀ ਤਰੱਕੀ ਦਾ ਰਾਜ਼ ਜਿਹੜਾ ਅੱਲਾਹ ਪਾਕ ਨੇ ਇੱਜ਼ਤ ਤੋਂ ਨਵਾਜ਼ਿਆ ਬੱਕਰੇ ਆ ਦੱਸੋ ਬੇਸ਼ੱਕ ਦੱਸੋ ਪੂਰੀ ਹਿਸਟਰੀ ਮੈਂ ਨਾ ਬੜੀ ਮੁਸ਼ਕਲ ਦੇ ਨਾਲ ਇਹ ਅੱਲਾਹ ਦੀ ਤੋਫੀਕ ਦੇ ਨਾਲ ਬੱਕਰਾ ਲਿਆ ਸੀ ਪਹਿਲਾਂ ਫਿਰ ਉਸ ਤੋਂ ਬਾਅਦ ਮਾਸ਼ਾਅੱਲਾ 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 ਅੱਲਾਹ ਤਾਲਾ ਨੇ ਭਾਗ ਲਾ ਦਿੱਤੇ ਇੱਕ ਬੱਕਰਾ ਲੈਣਾ ਮੁਸ਼ਕਲ ਸੀ ਹੁਣ 17 ਲੈਣੇ ਕੋਈ ਮੁਸ਼ਕਲ ਨਹੀਂ ਹੈ ਅੱਲਾਹ ਦਾ ਸ਼ੁਕਰ ਨਾ ਸਾਹਮਣੇ ਮੁਸ਼ਕਲ ਆ ਗਿਆ ਤੇ ਦਾਣੇ ਦਾ ਵੀ ਹਿਸਾਬ ਲਈਦਾ ਸੀ ਹੁਣ ਦਾਣੇ ਦਾ ਵੀ ਕੋਈ ਹਿਸਾਬ ਨਹੀਂ ਖੁੱਲਾ ਡੁੱਲਾ ਹੀ ਨਿਜ਼ਾਮ ਅੱਲਾਹ ਚਲਾ ਰਿਹਾ ਅੱਛਾ ਭਾਈ ਸਮਾਨ ਇੱਕ ਸਵਾਲ ਆ ਮਸਲਨ ਕੋਈ ਮੇਰਾ ਦੋਸਤ ਭਾਈ ਵੀਡੀਓ ਵੇਖਣ ਵਾਲਾ ਕੋਈ ਬੱਕਰੇ ਪਾਲਣਾ ਚਾਹੇ ਕੀ ਉਹਦਾ ਹਿਸਾਬ ਤਾਬ ਹੋਊਗਾ ਤੁਹਾਡੇ ਕੋਲ ਰੱਖ ਕੇ ਕੀ ਹਿਸਾਬ ਤਾਬ ਹੋਏਗਾ ਅਸੀਂ ਦੇਖੋ ਜੀ ਜ਼ਿੰਦਾ ਹੀ ਤੋਲ ਕੇ ਦੇਵਾਂਗੇ ਅੱਛਾ ਤੇ ਬਰੀਡ ਜਿਹੜੀ ਉਹ ਕਹੇਗਾ ਉਹਦੀ ਉਹਨੂੰ ਮਿਲ ਜਾਏਗੀ ਜਿਸ ਤਰ੍ਹਾਂ ਰਾਜਨਪੁਰ ਬਰੀਡ ਆ ਇਹ ਬਰੀਡ ਕਹੇਗਾ ਇਹ ਪਾਲ ਦੇਵਾਂਗੇ ਜਿਹੜੀ ਕਹੇਗਾ ਉਹ ਪਾਲ ਦੇਵਾਂਗੇ ਅਸੀਂ ਤੋਲ ਕੇ ਦੇਵਾਂਗੇ ਬਰੀਡ ਦਾ ਰੇਟ ਹੋਏਗਾ ਹੁਣ ਉਹ ਸਾਡੇ ਕੋਲ ਜਿਹੜੀ ਬਰੀਡ ਮੰਗੇਗਾ ਉਹਦਾ ਰੇਟ ਇਨਸ਼ਾਅੱਲਾ ਦੇ ਦੇਵਾਂਗੇ ਭੈਣ अल्लाह पाक बरकत दे हर साल हुन तुसी नवा जड़ा है चा हुन ते ईद उल अज़हा आ रही है वो हुन किदों पाणा वा ते तुहाडा मेरे प्यारे दोस्त किदों राबता करन देखो जी असी मिल लेना ते उन्होंने ईद ते ही है साडा कोई हिसाब नहीं हुंदा सानू ऐसी ते चंगे लगे फिर असी लै के रख लैणे आ साडा ते दिल कीता असी दो दो मन दा लै के फिर शुरू कर देणे ते बच्चे ले सी असी माशाल्लाह ते अल्लाह दा शुक्र अल्लाह आई लव यू उतना जुला मी जितना आई लव यू तब से जुला मी जब से ਭੈਣ ਸਮਾਨ ਹਾਂਜੀ ਹਾਂਜੀ ਭੈਣ ਸਮਾਨ ਕੋਈ ਹੋਰ ਆਪਣੀ ਹਿਸਟਰੀ ਦੱਸੋ ਇਹਦੇ ਬਾਰੇ 'ਚ ਲੋਕੀ ਈਦ ਉਲ ਜ਼ਹਾ ਤੇ ਸਰ ਦੇਖੋ ਦੁਨੀਆ ਦੀ ਨਜਾਬ ਬਰੀਡ ਅੱਲਾਹ ਪਾਕ ਦੀ ਰਾਹ ਤੇ ਸਮਾਨ ਭਾਈ ਨੇ ਕੁਰਬਾਨ ਕਰਨੀ ਆ ਸਮਾਨ ਭਾਈ ਕਹਿੰਦੇ ਆ ਤਰੱਕੀ ਦਾ ਰਾਜ਼ ਹੋਰ ਤੁਹਾਡੀ ਜ਼ਿੰਦਗੀ 'ਚ ਜਿਹੜੀ ਸਭ ਤੋਂ ਖੂਬਸੂਰਤ ਗੱਲ ਆ ਇਸ ਬਰੀਡ ਦੇ ਨਾਲ ਉਹ ਦੱਸੋ ਜ਼ਰਾ ਬਹੁਤ ਬਹੁਤ ਮੁਹੱਬਤ ਕਰਨ ਵਾਲਾ ਜਾਨਵਰ ਆ ਤੁਹਾਡੇ ਸਾਹਮਣੇ ਹੀ ਆ ਮੇਰੇ ਆਲੇ ਦੁਆਲੇ ਕਿਸ ਤਰ੍ਹਾਂ ਫਿਰਨ ਦੇ ਆ ਇਹ ਜਿਹੜਾ ਨਾ ਪਿਆਰ ਲਾਡੀਆਂ ਬਾਕੀ ਇਹਦੇ ਉੱਤੇ ਅਲਫਾਜ਼ ਨਹੀਂ ਆਏ ਦੀ ਤਾਰੀਫ ਵਾਸਤੇ ਇਸ ਮਾਲ ਦੀ ਤਾਰੀਫ ਵਾਸਤੇ ਨਾ ਅਲਫਾਜ਼ ਨਹੀਂ ਆਏ ਮਾਸ਼ਾਅੱਲਾ ਮਾਸ਼ਾਅੱਲਾ ਮੁਹੱਬਤ ਵਾਲਾ ਹਰ ਲਿਹਾਜ਼ ਦੇ ਨਾਲ ਜਾਨਵਰ ਆ ਵੇਖੋ ਨਾ ਤੁਹਾਡੇ ਸਾਹਮਣੇ ਹੀ ਆ ਮਾਸ਼ਾਅੱਲਾ ਮਾਸ਼ਾਅੱਲਾ ਭੈਣ ਸਮਾਨ ਇੱਕ ਤਾਂ ਤੁਸੀਂ ਰਾਜਨਪੁਰ ਦੀਆਂ ਬੱਕਰੀਆਂ ਪਾ ਲੈਂਦੇ ਆ ਉੱਤੇ ਉਹ ਯਾਮ ਸਵਾਨੀ ਬਲੈਕ ਟਨ ਤੁਹਾਡੀ ਐਡੀ ਟੈਕਨੀਕਲ ਸੋਚ ਕਿੱਥੋਂ ਆਈ ਦੁਨੀਆ ਦੀਆਂ ਦੋਨੇ ਨਜਾਬ ਰੀਡਾਂ ਵਾ ਇਹ ਅੱਲਾ ਦੀ ਦੇਣ ਆ ਦੇਖੋ ਜੀ ਬਚਪਨ 'ਚੋਂ ਹੀ ਇਹ ਬੱਚ ਹੈ ਜਿਹੜਾ ਨਾ ਜਾਨਵਰ ਪਰਿੰਦਿਆਂ ਦਾ ਸ਼ੌਕ ਆ ਅਤੇ ਕੰਮ ਉਹ ਬੰਦਾ ਕਰੇ ਜਿਹੜਾ ਲੋਕਾਂ ਨੇ ਘੱਟ ਹੀ ਕੀਤਾ ਹੋਵੇ ਸਾਨੂੰ ਇਹ ਸੀ ਵਾਹ ਵੈਰੀ ਗੁੱਡ ਵੈਰੀ ਗੁੱਡ ਪਾਲਣੀ ਪੰਜਾਬ 'ਚ ਬਹੁਤ ਮੁਸ਼ਕਲ ਆ ਲੇਕਿਨ ਅੱਲਾ ਦਾ ਸ਼ੁਕਰ ਆ ਅੱਲਾ ਦਾ ਸ਼ੁਕਰ ਆ ਅੱਲਾ ਤਾਲਾ ਅੱਲਾ ਪਾਕ ਤੰਦਰੁਸਤੀ ਸਿਹਤ ਦੇ ਯਾਰ ਭੈਣ ਮੈਨੂੰ ਵੀ ਬਹੁਤ ਮਜ਼ਾ ਆ ਰਿਹਾ ਯਕੀਨ ਕਰੋ ਇਦਾਂ ਹੀ ਲੱਗਦਾ ਵਾ ਜਿਵੇਂ ਮੈਂ ਆਪਣੇ ਬੱਚਿਆਂ ਨਾਲ ਛੋਟੇ ਛੋਟੇ ਬੱਚਿਆਂ ਨਾਲ ਖੇਡਣਾ ਤੁਸੀਂ ਵੀ ਖੇਡਿਆ ਕਰੋ ਅੱਲਾ ਦਵੇ ਅੱਲਾ ਦੇ ਸਦਕੇ ਸਾਨੂੰ ਵੀ ਦਵੇ ਭੈਣ ਸਮਾਨ ਨੂੰ ਵੀ ਦਵੇ ਚਾਚੂ ਜੀ ਤੁਸੀਂ ਕੀ ਸੋਚਦੇ ਹੋ ਭਾਈ ਜੀਮ ਇੱਧਰ ਭਾਈ ਜੀਮ ਇੰਨਾ ਪਿਆਰ ਕਰਦਾ ਪਿਆ ਭਾਈ ਜੀਮ ਸਾਹਿਬ ਤੁਸੀਂ ਤੁਹਾਨੂੰ ਕਿਹਸਾ ਮਹਿਸੂਸ ਹੋ ਰਿਹਾ ਅਲਹਮਦੁਲਿਲਾ ਅੱਲਾ ਪਾਕ ਤੇ ਅਮੀਨ ਸਮਾਨ ਭਾਈ ਸਮਾਨ ਅਬੇ ਅੰਕਲ ਦੋਸਤ ਬਾਅਦ ਚੋਂ ਪਤਾ ਆਇਆ ਲੱਗਦਾ ਵਾ ਮੈਂ ਇਹਨਾਂ ਤੋਂ 2 ਸਾਲ ਵੱਡਾ ਭੈਣ ਸਮਾਨ ਹੁਣ ਵੀ ਕਿਸੇ ਭਰਾ ਨੇ ਦੋਸਤ ਨੇ ਭੈਣ ਨੇ ਬਾਜੀ ਨੇ
ਆਹ ਮੈਨੂੰ ਚੁੱਕਣ ਲੱਗੀ ਆਹ ਦੇਖੇ ਆਹ ਚੁੱਕਣ ਲੱਗੇ ਮੈਨੂੰ ਆਹ ਦੇਖੇ ਭਈਆ ਚੁੱਕਣ ਲੱਗਾ ਤੁਹਾਡੇ ਕੋਲ ਹੁਣ ਵੀ ਈਦ ਵਾਸਤੇ ਕਰਾਉਣ ਵਾਸਤੇ ਲੈਣੇ ਹੋਣ ਬੱਕਰੇ ਮਿਲ ਜਾਣਗੇ ਮੇਰੇ ਕਿਸੇ ਤੋਂ ਇਨਸ਼ਾਅੱਲਾ ਮਿਲ ਜਾਣਗੇ ਇਹ ਹੈ ਕਿ ਹੁਣੀ ਹੁਣੀ ਸਾਨੂੰ ਇਹ ਮਹੀਨਾ ਪਹਿਲੇ ਦੱਸ ਦੇਣ ਅਸੀਂ ਪਰਚੇਸ ਕਰਕੇ ਆਪਣੇ ਕੋਲ ਰੱਖ ਲਾਂਗੇ ਜਿਹੜੀ ਕੋਈ ਇਹਨਾਂ ਦੇ ਵਿੱਚ ਕੋਈ ਕਮੀ ਪੇਸ਼ੀ ਹੋਏਗੀ ਕੋਈ ਬਿਮਾਰੀ ਦੀ ਕੋਈ ਫਲਟਰ ਜੋ ਵੀ ਉਹ ਫਿਰ ਇਨਸ਼ਾਅੱਲਾ ਦੂਰ ਕਰ ਲਾਂਗੇ ਨਾ ਤਾਂ ਕਿ ਸਾਡੇ ਕਸਟਮਰ ਨੂੰ ਜਾਂ ਸਾਡੇ ਭਰਾ ਨੂੰ ਜਿਹੜਾ ਵੀ ਇਹ ਸ਼ੌਕ ਰੱਖਦਾ ਉਹਨੂੰ ਕੋਈ ਪਰੇਸ਼ਾਨੀ ਨਾ ਆਵੇ ਅੱਛਾ ਯਾਨੀ ਤੁਸੀਂ ਹੁਣ ਵੀ ਭਾਵੇਂ ਇਹਨਾਂ ਦਾ ਸ਼ੌਕ ਤੁਸੀਂ ਕਰਾ ਦਿਓ ਕਰਾ ਦਿਆਂਗਾ ਇਨਸ਼ਾਅੱਲਾ ਕੋਈ ਠੀਕ ਆ ਯਾਨੀ ਤੁਸੀਂ ਇਦੋਂ ਜ਼ਹਾਬ ਵਾਸਤੇ ਦੇ ਦਿਓਗੇ ਹਾਂ ਇਨਸ਼ਾਅੱਲਾ ਇਨਸ਼ਾਅੱਲਾ ਉਹ ਉਹਨਾਂ ਦੇ ਵਾਸਤੇ ਪਰਚੇਜ਼ ਕਰਕੇ ਅਸੀਂ ਮਹੀਨਾ ਆਪਣੇ ਕੋਲ ਸਾਮ ਅੱਛਾ ਭਾਵੇਂ ਕਿੱਦਾਂ ਕਿਲੋ ਦੋਗੇ ਅਸੀਂ ਇਹ 1350 ਰੁਪਏ ਕਿਲੋ ਦੇਵਾਂਗੇ ਇਨਸ਼ਾਅੱਲਾ ਕਿਲੋ ਦੇ ਹਿਸਾਬ ਨਾਲ ਦੋਗੇ ਹਾਂ ਜ਼ਿੰਦਾ ਜ਼ਿੰਦਾ ਯਾਨੀ ਅਗਰ 60 ਕਿਲੋ ਦਾ ਵਜ਼ਨ ਹੋਇਆ ਤੇ ਤਕਰੀਬਨ 1 ਲੱਖ ਰੁਪਏ ਦਾ ਬਣ ਜਾਂਦਾ ਕਰੀਬ ਕਰੀਬ ਬਿਲਕੁਲ ਸਹੀ ਕਹਿ ਰਹੇ ਮਾਸ਼ਾਅੱਲਾ ਬੜੇ ਸ਼ੌਕ ਨਾਲ ਖਾ ਬੜੇ ਘੂਰ ਕੇ ਵੇਖਣ ਦੇ ਆ ਮੈਨੂੰ ਮੈਂ ਇੱਥੇ ਆਂਦਾ ਰਹਿੰਦਾ ਵਾ ਭਾਵੇਂ ਨਾ ਪਛਾਣੋ ਮੈਨੂੰ ਪਛਾਣ ਲਿਆ ਭਾਵੇਂ ਦੇ ਸ਼ੌਕ ਓਕੇ ਆ ਬਲੈਕ ਟਨ ਮਾਸ਼ਾਅੱਲਾ ਇਹ ਵੀ ਕਹਿੰਦੀ ਮੈਂ ਸਿਗਰਟ ਪੀਣੀ ਆ ਇਹ ਵੀ ਕਹਿੰਦੀ ਮੈਂ ਸਿਗਰਟ ਪੀਣੀ ਆ ਦੇਖੋ ਪੀਣੀ ਆ ਅਬੇ ਕਿਆ ਬੱਕਰੇ ਜਾਮ ਸਵਾਨੀ ਮੁਰਗੀ ਬਲੈਕ ਟਨ ਇਕੁਅਲ ਟੂ 10 kg ਮਟਨ ਅਜ਼ੀਮ ਖਿਲਾ ਰਹਾ ਇਨਕੋ ਅਲਹਮਦੁਲਿਲਾ ਵਿਵਰਸ ਆ ਸ਼ੇਰੂ ਵੀ ਹੈ ਇਹ ਬਬਲੂ ਵੀ ਹੈ ਮੇਰੇ ਪਾਸ ਕਿਆ ਸੋਚ ਰਿਹਾ ਹੈ ਰਾਜਾ ਤੇਰਾ ਕੀ ਹਾਲ ਆ ਕੱਲਾ ਬਾਜਰਾ ਭਾਵੇਂ ਨੇ ਦਿੱਤਾ ਮਾਸ਼ਾਅੱਲਾ ਭਾਵੇਂ ਜਿਹੜੇ ਜਿਹੜੇ ਮੈਨੂੰ ਕਹਿੰਦੇ ਪਏ ਨਾ ਬੱਚੇ ਚਾਹੀਦੇ ਸਬਰ ਕਰੋ ਆਂਡੇ ਲਈ ਇੱਥੇ ਪਏ ਆ ਅਬੇ ਕਿਆ ਹਾਲ ਹੈ ਕਿਆ ਹਾਲ ਹੈ ਤੇਰਾ ਤਬੀਅਤ ਠੀਕ ਹੈ ਖੁਸ਼ ਹੈ ਤਬੀਅਤ ਠੀਕ ਹੈ ਤੇਰੀ ਅਬੇ ਕੈਸਾ ਹੈ ਤੂੰ ਹੈ ਕੋਈ ਆਂਡਾ ਨਹੀਂ ਭਾਈ ਤੂੰ ਕੀ ਕਰ ਹਜਾ ਹਜਾ ਆਈ ਲਵ ਯੂ ਉਤਨਾ ਨਹੀਂ ਮੈਂ ਆਪਕਾ ਦੋਸਤ ਹੂੰ ਬੇ ਭਾਈ ਨੇ ਨਾ ਇਹ ਚੁੱਕ ਲਿਆ ਇਹ ਕਹਿੰਦਾ ਵਾ ਤੈਨੂੰ ਮੈਂ ਛੱਡਣਾ ਨਹੀਂ ਨਾ ਕੁਛ ਕਹਿ ਯਾਰ ਮੀਟਿੰਗ ਕਰਦੇ ਪਏ ਇਹ ਮੁਰਗੀ ਨੂੰ ਵੀ ਖਵਾਈ ਜਾਂਦੇ ਆ ਬੱਕਰਿਆਂ ਨੂੰ ਵੀ ਖਵਾਈ ਜਾਂਦੇ ਆ ਜੀ ਜੀ ਵੀਅਰਸ ਕਿਸੇ ਨੇ ਭਾਈ ਦਾ ਇੰਟਰਵਿਊ ਵੀਡੀਓ ਦੇ ਵਿੱਚ ਆ ਦੇਖ ਲੈਣਾ ਕਿਸੇ ਨੇ ਪਾਲਣ ਵਾਸਤੇ ਈਦ ਉਲ ਜ਼ਹਾ ਵਾਸਤੇ ਬੱਕਰੇ ਚਾਹੀਦੇ ਹੋਣ ਤੇ ਭਾਈ ਤੁਹਾਨੂੰ ਦੇ ਦੇਣਗੇ ਸਵਾਜਣਾ ਸ਼ਤੂਦ ਆਹ ਦੇਖੋ ਮਾਸ਼ਾਅੱਲਾ ਐ ਭਾਈ ਮਰੂਦ ਹੀ ਇਹਨਾਂ ਦੀ ਸਰਦੀ ਬਹੁਤ ਇੱਥੇ ਮਿਹਨਤ ਅੱਲਾ ਪਾਕ ਇਹਨਾਂ ਨੂੰ ਬਰਕਤ ਦੇ ਸ਼ੋਹਰਤ ਦੇ ਇੱਜ਼ਤ ਦੇ ਐ ਜੀ ਇਹ ਸਾਡੇ ਬਜ਼ੁਰਗ ਵੀ ਨੇ ਭਾਈ ਵੀ ਨੇ ਸਾਰਾ ਕੁਛ ਹੀ ਨੇ ਇਹਨਾਂ ਦੀ ਹੀ ਮਾਸ਼ਾਅੱਲਾ ਮਾਸ਼ਾਅੱਲਾ ਸਾਰਾ ਸਾਹਮਣੇ ਨੇ ਇਹ ਅੱਲਾ ਇਹਨਾਂ ਨੂੰ ਢੇਰ ਜਜ਼ਾ ਦੇਵੇ ਇਹਨਾਂ ਅਸਲ ਖੁਸ਼ੀ ਦੁਆ ਕਰਨਾ ਆਮੀਨ ਆਮੀਨ ਅੱਲਾ ਤਾਲਾ ਇਹਨਾਂ ਨੂੰ ਤੁਹਾਡੇ ਮਸਲੇ ਮਸਾਇਲ ਜ਼ਿੰਦਗੀ ਦੇ ਦੂਰ ਕਰੇ ਸਾਡੇ ਦਿਲੇ ਦੁਆ ਸਾਰੀ ਟੇਕੇ ਰਹੀ ਕਰਦੇ ਨੇ ਜੀ 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 ਵੀਅਰਸ ਆਪਨੇ ਸਮਾਨ ਭਾਈ ਕੀ ਬਾਤੇ ਸੁਣੀ ਆਪਕੋ ਮਜ਼ਾ ਆਇਆ ਹੋਗਾ ਬੱਕਰੀ ਮੇ ਬਹੁਤ ਬੜੇ ਬੜੇ ਰਾਜ ਛੁਪੇ ਹੋਏ ਹੈ ਲੋਗੋ ਨੇ ਤਰੱਕੀ ਬੁਲੰਦੀਆਂ ਬੱਕਰੀ ਕੀ ਵਜ੍ਹਾ ਸੇ ਉਠਾਈਆਂ ਤੋ ਇਨਸ਼ਾਅੱਲਾ ਆਪ ਇੱਕ ਬੱਕਰਾ ਰੱਖੇ ਘਰ ਮੇ ਜਾਂ ਇੱਕ ਬੱਕਰੀ ਰੱਖੇ ਤੋ ਅੱਲਾ ਪਾਕ ਮਜ਼ੀਦ ਬਰਕਤ ਸ਼ੋਹਰਤ ਔਰ ਇੱਜ਼ਤ ਦੇਗਾ ਇਨਸ਼ਾਅੱਲਾ ਜੀ ਸਮਾਨ ਭਾਈ ਮੈਂ ਕੋਈ ਗਲਤ ਤਾਂ ਨਹੀਂ ਕਹਿ ਰਹਾ ਨਹੀਂ ਨਹੀਂ ਮਾਸ਼ਾਅੱਲਾ ਮਾਸ਼ਾਅੱਲਾ ਦੇਖੋ ਜੀ ਇਹ ਤੇ ਤਾਰੀਫ ਦਾ ਮੁਹਤਾਜ ਹੀ ਨਹੀਂ ਹੈ ਕਿਉਂਕਿ ਇਹ ਤਸਦੀਕ ਹੋਈ ਹੈ ਪੈਗੰਬਰਾਂ ਦੀ ਜਿਹੜਾ ਨਾ ਕਾਸੇ ਜੋਗੇ ਵੀ ਨਹੀਂ ਹੈ ਉਹਦੇ ਨੂੰ ਤਸਦੀਕ ਆ ਸਾਨੂੰ ਇਹਦੇ 'ਤੇ ਯਕੀਨ ਕਰਨਾ ਚਾਹੀਦਾ ਵਾ ਹਰ ਲਿਹਾਜ਼ ਨਾਲ ਹਰ ਮਾਮਲਾ ਦੇ ਵਿੱਚ ਮਾਸ਼ਾਅੱਲਾ ਮਾਸ਼ਾਅੱਲਾ ਔਲਾਦ ਨਾਲੋਂ ਜ਼ਿਆਦਾ ਪਿਆਰ ਲੈਂਦਾ ਕਲ ਹੁੰਦਾ ਨਹੀਂ ਇਹ ਸ਼ੈਤਾਨ ਹੀ ਕਹਿੰਦਾ ਹੁੰਦਾ ਕਿ ਮੁਸ਼ਕਲ ਆ ਅੱਲਾ ਤਾਲਾ ਕਹਿੰਦਾ ਤੂੰ ਕਰ ਮੈਂ ਤੇਰੀ ਮਦਦ ਕਰਾਂਗਾ ਇਨਸ਼ਾਅੱਲਾ ਜੀ ਜੀ ਵੀਅਰਸ ਅਭੀ ਤੋਂ ਬਲੈਕ ਟਨ ਕੇ ਬੱਚੇ ਨਹੀਂ ਨਿਕਲੇ ਸਮਾਨ ਭਾਈ ਕਦ ਨਿਕਲੇਂਗੇ ਨਹੀਂ ਅਸੀਂ ਇਸ ਚੀਜ਼ ਦਾ ਵਾਅਦਾ ਨਹੀਂ ਕਰ ਸਕਦੇ ਉਹਦੀ ਵਜ੍ਹਾ ਕਿ ਅੱਲਾ ਦਾ ਮਾਲ ਆ ਇਹ ਜਾਨਦਾਰ ਚੀਜ਼ ਆ ਸਾਡੇ ਕੋਲ ਹੋਣਗੇ ਫਿਰ ਅਸੀਂ ਗੱਲ ਕਰਾਂਗੇ ਅਸੀਂ ਐਡਵਾਂਸ ਬੁਕਿੰਗ ਵਾਲਾ ਕੋਈ ਸੀਨ ਨਹੀਂ ਚਲੋ ਜਿਸ ਦਿਨ ਨਿਕਲੇਂਗੇ ਤਾਂ ਇਨਸ਼ਾਅੱਲਾ ਭਾਈ ਸਮਾਨ ਚ ਹੋਣਗੇ ਇਨਸ਼ਾਅੱਲਾ ਤੁਸੀਂ ਮਿਲਣਗੇ ਅਗਰ ਆਪਕੋ ਇਹ ਵੀਡੀਓ ਅੱਛੀ ਲੱਗੀ ਆ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਵੀ ਕਰਦੇ ਯਾਰ ਬੱਕਰਿਆਂ ਦੀ ਵੀਡੀਓ ਬਣਾਈ ਬਣਦਾ ਯਾਰ ਕਰਦੇ ਹੋ ਕਰਦੇ ਚੱਲ ਕਰਦੇ ਕਰ ਦੇਣਾ ਯਾਰ ਮਿਹਰਬਾਨੀ ਹੈ ਤੁਹਾਡੀ ਭਾਵੇਂ ਜਿਸ ਤਰ੍ਹਾਂ ਦਾ ਵੀ ਹੈ ਅਗਰ ਆਪਕੋ ਇਹ ਵੀਡੀਓ ਅੱਛੀ ਲੱਗੀ ਆ ਲਾਈਕ ਕਰੋ ਅਸਲਾਮੁਅਲੈਕੁਮ ਵਰਹਿਮਤੁਲਲਾ ਜਜ਼ਾਕ ਅੱਲਾ ਦੋਸਤੋ ਅਸਲਾਮੁਅਲੈਕੁਮ